ਸਤਿ ਸ਼੍ਰੀ ਅਕਾਲ। ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਹੋਰੀ। ਸਾਥੀਓ, ਜੇ ਅਸੀਂ ਕਹੀਏ ਕਿ ਚੋਰ ਬਹੁਤ ਸਰਗਰਮ ਹਨ, ਚੁਸਤ ਹਨ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ, ਤਾਂ ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੋਵੇਗੀ। ਪਰ ਹੈਰਾਨੀ ਵਾਲੀ, ਚੌਂਕਾ ਦੇਣ ਵਾਲੀ ਅਤੇ ਡੂੰਘੀ ਚਿੰਤਾ 'ਚ ਪਾਉਣ ਵਾਲੀ ਗੱਲ ਇਹ ਹੈ ਕਿ ਚੋਰਾਂ ਨੂੰ ਇਹ ਸੂਹ ਕਿੱਥੋਂ ਮਿਲਦੀ ਹੈ ਕਿ ਕਿਹੜਾ ਘਰ ਸੁੰਨਾ ਪਿਆ ਹੈ, ਅਤੇ ਸੁੰਨੇ ਘਰ ਵਿੱਚ ਜੇਕਰ CCTV ਕੈਮਰੇ ਲੱਗੇ ਹਨ ਤਾਂ DVR ਕਿੱਥੇ ਪਿਆ। ਇੱਕ ਵਾਰ ਫਿਰ ਤੋਂ ਚੋਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਸ਼ਹਿਰ ਵਾਸੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੱਸ ਦਈਏ ਕਿ ਚੋਰੀ ਦੀ ਘਟਨਾ ਨਵਾਂ ਸ਼ਹਿਰ ਗੜਸ਼ੰਕਰ ਰੋਡ ਬਾਈਪਾਸ ਦੇ ਨਜ਼ਦੀਕ ਇੱਕ ਘਰ ਵਿੱਚ ਵਾਪਰੀ ਹੈ। ਘਰ ਦੇ ਟੌਪ ਤੇ ਬਨੇਰਿਆਂ ਦੇ ਉੱਤੇ CCTV ਕੈਮਰੇ ਲੱਗੇ ਨਜ਼ਰ ਆ ਰਹੇ ਹਨ, ਪਰ ਸ਼ਾਤਰ ਚੋਰ ਇਹਨਾਂ CCTV ਕੈਮਰਿਆਂ ਨਾਲ ਜੁੜਿਆ DVR ਹੀ ਚੱਕ ਕੇ ਲੈ ਗਏ ਹਨ। ਪੀੜਤ ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਘਰ ਦੀਆਂ ਚਾਬੀਆਂ ਉਹਨਾਂ ਕੋਲ ਸਨ, ਪਰ ਬਾਹਰੋਂ ਲੌਕ ਖੁੱਲ੍ਹੇ ਅਤੇ ਅੰਦਰੋਂ ਦਰਵਾਜ਼ਾ ਲੱਗਾ ਦੇਖ ਕੇ ਉਹ ਚੌਂਕ ਗਏ ਅਤੇ ਉਨੀ ਪੈਰੀ ਵਾਪਸ ਮੁੜ ਗਏ ਅਤੇ ਮਦਦ ਲਈ ਗੁਹਾਰ ਲਗਾਈ। ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਚੋਰਾਂ ਨੇ ਦਰਵਾਜ਼ਿਆਂ ਦੇ ਕੁੰਡੇ ਜਾਣੀ ਕਿ ਹੈਂਡਲ ਤੱਕ ਪੱਟ ਦਿੱਤੇ ਹਨ। ਘਰ ਦੇ ਸਾਰੇ ਸਮਾਨ ਦੀ ਚੋਰਾਂ ਨੇ ਤਸੱਲੀ ਨਾਲ ਤਲਾਸ਼ੀ ਲਈ ਜਾਪਦੀ ਹੈ। ਸਾਰਾ ਸਮਾਨ ਉੱਥਲ ਪੁੱਥਲ ਕੀਤਾ ਹੈ, ਅਲਮਾਰੀ ਦਾ ਲੌਕਰ ਖੁੱਲ੍ਹਾ ਵੀ ਨਜ਼ਰ ਆ ਰਿਹਾ ਹੈ। ਚੋਰਾਂ ਨੇ ਰਸੋਈ ਦੀ ਵੀ ਪੂਰੀ ਤਲਾਸ਼ੀ ਲਈ ਹੈ ਅਤੇ ਇਕੱਲੇ ਇਕੱਲੇ ਕਮਰੇ ਨੂੰ ਫਰੋਲ ਮਾਰਿਆ। ਤੁਸੀਂ ਬੈੱਡ ਵੀ ਦੇਖੋ ਕਿ ਚੋਰਾਂ ਨੇ ਖੋਲ੍ਹ ਕੇ ਅੰਦਰੋਂ ਪੂਰੀ ਤਰੀਕੇ ਤਲਾਸ਼ੀ ਲਈ ਹੈ। ਪੀੜਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਨੁਕਸਾਨ ਦੀ ਗੱਲ ਕਰੀਏ ਤਾਂ ਚੋਰਾਂ ਨੇ ਤਕਰੀਬਨ 25,000 ਰੁਪਏ ਨਗਦੀ ਅਤੇ ਸੋਨੇ ਦੀ ਬਾਲੀਆਂ ਦੇ ਜੋੜੇ ਉੱਤੇ ਹੱਥ ਸਾਫ਼ ਕਰ ਲਿਆ। ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਮੌਕਾ ਦੇ ਗਈ ਹੈ ਅਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਘਟਨਾ ਦਾ ਪਤਾ ਲੱਗਦਾ ਹੀ ਉਹਨਾਂ ਦੇ ਘਰ ਰਿਸ਼ਤੇਦਾਰ ਅਤੇ ਸਥਾਨਕ ਲੋਕਾਂ ਦਾ ਜਮਾਵੜਾ ਲੱਗ ਗਿਆ, ਜੋ ਤੁਸੀਂ ਤਸਵੀਰਾਂ ਰਾਹੀਂ ਦੇਖ ਪਾ ਰਹੇ ਹੋ। ਦਿਖਾਉਂਦੇ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਚੋਰੀ ਦਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ? ਮੇਰੇ ਮੰਮੀ ਡੈਡੀ, ਮੇਰੀ ਮੰਮੀ ਨੇ ਮੇਰੀ ਭਰਜਾਈ ਚੱਬਿਆਲ ਤੋਂ ਆ, ਉਹ ਆਏ ਸੀ, ਉਹ ਮੈਨੂੰ ਕਹਿੰਦੇ ਵੀ ਸੀਰੇ ਚਾਚੀ ਆਈ ਹੋ ਆ। ਮੈਂ ਕਿਹਾ ਨਹੀਂ, ਉਹ ਨਹੀਂ ਆਏ ਹੈਗੇ, ਵੀ ਚਾਬੀ ਸਾਡੇ ਕੋਲ ਆ, ਤਾਂ ਕਹਿੰਦੇ ਨਹੀਂ ਜਿੰਦਾ ਖੁੱਲ੍ਹਾ ਆ ਤਾਂ ਕੁੰਡਾ ਲੱਗਾ ਅੰਦਰੋਂ। ਅਸੀਂ ਉਸ ਵੇਲੇ, ਮੈਂ ਤਾਂ ਮੇਰਾ ਮੁੰਡਾ ਆਏ ਦੇਖਣ, ਤਾਂ ਇਹ ਨੱਠ ਕੇ ਅਸੀਂ ਆ ਕੇ ਦੇਖਿਆ ਤੇ ਜਾਣ ਅਸੀਂ ਅੰਦਰ ਨਹੀਂ ਵੜੇ। ਫਿਰ ਮੈਂ ਮੁੜ ਕੇ ਉਹਨੀ ਪੈਰੀ ਇੱਕ ਗਾਹਾਂ ਹੈਰੀ ਭਾਜੀ ਤਾਂ ਕੇਛੋ ਭੈਣ ਨੂੰ ਲੈ ਕੇ ਆਈ ਹਾਂ। ਅੱਛਾ ਜੀ, ਵੀ ਨਾਲ ਗਿਆਨੀ ਭਾਜੀ ਵੀ ਆਇਆ। ਜਿਹੜੇ ਘਰ ਦੇ ਕਿਤੇ ਗਏ ਸੀਗੇ? ਇਹ ਘਰ ਦੇ ਗਏ ਸੀ ਆਪਣੀ ਕੁੜੀ ਦੇ। ਅੱਛਾ ਜੀ, ਹਾਂਜੀ। ਤਾਂ ਫਿਰ ਜਦ ਆ ਕੇ ਦੇਖਿਆ ਵੀ ਸਾਰੇ ਅੰਦਰ ਲੋਕ ਟੁੱਟੇ ਹੋ ਸੀਗੇ, ਖਲਾਰਾ ਪਾਇਆ ਸੀ ਜਿੱਦਾਂ, ਹਾਂ, ਅਲਮਾਰੀਆਂ ਨੂੰ ਮੈਨੇ ਕੱਪੜੇ ਕੁੱਪੜੇ ਖੋਲ੍ਹੇ ਸੀਗੇ। ਠੀਕ ਹੈ, ਹਾਂਜੀ। ਇਹ ਭਾਜੀ ਜਿਹੜਾ ਚੋਰੀ ਦਾ ਕਦੋਂ ਪਤਾ ਲੱਗਿਆ ਹੈਗਾ ਆਪਾਂ? ਸਾਨੂੰ 12 ਵਜੇ ਤੋਂ। ਕਿੰਨਾ ਕੁ ਮਤਲਬ ਜਿਹੜਾ ਘਰ ਦੇ ਵਿੱਚ ਨੁਕਸਾਨ ਹੋ ਗਿਆ? ਨੁਕਸਾਨ ਅੰਦਾਜ਼ਾ 25,000 ਰੁਪਈਆ ਸੀਗਾ ਤੇ ਆ। ਅੱਛਾ ਜੀ, ਇੱਕ ਬਾਲੀਆਂ ਜੁੜਾ ਸੀਗਾ ਜੀ। ਹਾਂਜੀ, ਹਾਂਜੀ। ਹੋਰ ਕੀ ਲੈ ਗਏ? ਹੋਰ ਤਾਂ ਹੀ ਕੁਛ ਲਿਆ, ਹੋਰ ਸਾਰੇ ਕੁਛ। CCTV ਕੈਮਰੇ ਵਗੈਰਾ ਵੀ ਲੱਗੇ ਹੋ? ਅਤੇ ਉਹ ਲੱਗੇ ਹੋਈ, ਉਹ DPR ਲੱਗਾ ਚੱਕ ਕੇ। ਅੱਛਾ ਜੀ, ਹਾਂਜੀ। ਅਤੇ ਹੁਣ ਪੁਲਿਸ ਨੂੰ ਰਿਪੋਰਟਰ ਲਿਖਾਈ? ਖਾਤੇ ਯਾਰ, ਪੁਲਿਸ ਆ ਕੇ ਮੌਕਾ ਦੇ ਕੇ ਚਲਦੀ। ਕੀ ਕਹਿੰਦੀ ਪੁਲਿਸ, ਕੀ ਕਹਿੰਦੀ? ਕਾਰਵਾਈ ਕਰੂਗੇ ਤਾਂ। ਠੀਕ, ਸਤਿ ਸ਼੍ਰੀ ਅਕਾਲ। ਪੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ, ਮੈਂ ਦਿਨੇਸ਼ ਹੋਰੀ। ਸਾਥੀਓ, ਜੇ ਅਸੀਂ ਕਹੀਏ ਕਿ ਚੋਰ ਬਹੁਤ ਸਰਗਰਮ ਹਨ, ਚੁਸਤ ਹਨ, ਉਹਨਾਂ ਨੂੰ ਕਿਸੇ ਦਾ ਡਰ ਨਹੀਂ ਹੈ, ਤਾਂ ਇਸ ਵਿੱਚ ਕੋਈ ਨਵੀਂ ਗੱਲ ਨਹੀਂ ਹੋਵੇਗੀ। ਪਰ ਹੈਰਾਨੀ ਵਾਲੀ, ਚੌਂਕਾ ਦੇਣ ਵਾਲੀ ਅਤੇ ਡੂੰਘੀ ਚਿੰਤਾ 'ਚ ਪਾਉਣ ਵਾਲੀ ਗੱਲ ਇਹ ਹੈ ਕਿ ਚੋਰਾਂ ਨੂੰ ਇਹ ਸੂਹ ਕਿੱਥੋਂ ਮਿਲਦੀ ਹੈ ਕਿ ਕਿਹੜਾ ਘਰ ਸੁੰਨਾ ਪਿਆ ਹੈ, ਅਤੇ ਸੁੰਨੇ ਘਰ ਵਿੱਚ ਜੇਕਰ CCTV ਕੈਮਰੇ ਲੱਗੇ ਹਨ ਤਾਂ DVR ਕਿੱਥੇ ਪਿਆ। ਇੱਕ ਵਾਰ ਫਿਰ ਤੋਂ ਚੋਰੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੇ ਸ਼ਹਿਰ ਵਾਸੀਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੱਸ ਦਈਏ ਕਿ ਚੋਰੀ ਦੀ ਘਟਨਾ ਨਵਾਂ ਸ਼ਹਿਰ ਗੜਸ਼ੰਕਰ ਰੋਡ ਬਾਈਪਾਸ ਦੇ ਨਜ਼ਦੀਕ ਇੱਕ ਘਰ ਵਿੱਚ ਵਾਪਰੀ ਹੈ। ਘਰ ਦੇ ਟੌਪ ਤੇ ਬਨੇਰਿਆਂ ਦੇ ਉੱਤੇ CCTV ਕੈਮਰੇ ਲੱਗੇ ਨਜ਼ਰ ਆ ਰਹੇ ਹਨ, ਪਰ ਸ਼ਾਤਰ ਚੋਰ ਇਹਨਾਂ CCTV ਕੈਮਰਿਆਂ ਨਾਲ ਜੁੜਿਆ DVR ਹੀ ਚੱਕ ਕੇ ਲੈ ਗਏ ਹਨ। ਪੀੜਤ ਪਰਿਵਾਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਘਰ ਦੀਆਂ ਚਾਬੀਆਂ ਉਹਨਾਂ ਕੋਲ ਸਨ, ਪਰ ਬਾਹਰੋਂ ਲੌਕ ਖੁੱਲ੍ਹੇ ਅਤੇ ਅੰਦਰੋਂ ਦਰਵਾਜ਼ਾ ਲੱਗਾ ਦੇਖ ਕੇ ਉਹ ਚੌਂਕ ਗਏ ਅਤੇ ਉਨੀ ਪੈਰੀ ਵਾਪਸ ਮੁੜ ਗਏ ਅਤੇ ਮਦਦ ਲਈ ਗੁਹਾਰ ਲਗਾਈ। ਤਸਵੀਰਾਂ ਵਿੱਚ ਤੁਸੀਂ ਦੇਖ ਪਾ ਰਹੇ ਹੋ ਕਿ ਚੋਰਾਂ ਨੇ ਦਰਵਾਜ਼ਿਆਂ ਦੇ ਕੁੰਡੇ ਜਾਣੀ ਕਿ ਹੈਂਡਲ ਤੱਕ ਪੱਟ ਦਿੱਤੇ ਹਨ। ਘਰ ਦੇ ਸਾਰੇ ਸਮਾਨ ਦੀ ਚੋਰਾਂ ਨੇ ਤਸੱਲੀ ਨਾਲ ਤਲਾਸ਼ੀ ਲਈ ਜਾਪਦੀ ਹੈ। ਸਾਰਾ ਸਮਾਨ ਉੱਥਲ ਪੁੱਥਲ ਕੀਤਾ ਹੈ, ਅਲਮਾਰੀ ਦਾ ਲੌਕਰ ਖੁੱਲ੍ਹਾ ਵੀ ਨਜ਼ਰ ਆ ਰਿਹਾ ਹੈ।
ਚੋਰਾਂ ਨੇ ਰਸੋਈ ਦੀ ਵੀ ਪੂਰੀ ਤਲਾਸ਼ੀ ਲਈ ਹੈ ਅਤੇ ਇਕੱਲੇ ਇਕੱਲੇ ਕਮਰੇ ਨੂੰ ਫਰੋਲ ਮਾਰਿਆ। ਤੁਸੀਂ ਬੈੱਡ ਵੀ ਦੇਖੋ ਕਿ ਚੋਰਾਂ ਨੇ ਖੋਲ੍ਹ ਕੇ ਅੰਦਰੋਂ ਪੂਰੀ ਤਰੀਕੇ ਤਲਾਸ਼ੀ ਲਈ ਹੈ। ਪੀੜਿਤ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਕਿ ਜੇਕਰ ਨੁਕਸਾਨ ਦੀ ਗੱਲ ਕਰੀਏ ਤਾਂ ਚੋਰਾਂ ਨੇ ਤਕਰੀਬਨ 25,000 ਰੁਪਏ ਨਗਦੀ ਅਤੇ ਸੋਨੇ ਦੀ ਬਾਲੀਆਂ ਦੇ ਜੋੜੇ ਉੱਤੇ ਹੱਥ ਸਾਫ਼ ਕਰ ਲਿਆ। ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਮੌਕਾ ਦੇ ਗਈ ਹੈ ਅਤੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਪਰ ਘਟਨਾ ਦਾ ਪਤਾ ਲੱਗਦਾ ਹੀ ਉਹਨਾਂ ਦੇ ਘਰ ਰਿਸ਼ਤੇਦਾਰ ਅਤੇ ਸਥਾਨਕ ਲੋਕਾਂ ਦਾ ਜਮਾਵੜਾ ਲੱਗ ਗਿਆ, ਜੋ ਤੁਸੀਂ ਤਸਵੀਰਾਂ ਰਾਹੀਂ ਦੇਖ ਪਾ ਰਹੇ ਹੋ। ਦਿਖਾਣੀ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ। ਚੋਰੀ ਦਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ? ਮੇਰੇ ਮੰਮੀ ਡੈਡੀ, ਮੇਰੀ ਮੰਮੀ ਤੇ ਮੇਰੀ ਭਰਜਾਈ ਚੱਬਿਆਲ ਤੋਂ ਆ, ਉਹ ਆਏ ਸੀ, ਉਹ ਮੈਨੂੰ ਕਹਿੰਦੇ ਵੀ ਸੀਰੇ ਚਾਚੀ ਆਈ ਹੋਵਾ। ਮੈਂ ਕਿਹਾ ਨਹੀਂ ਉਹ ਨਹੀਂ ਆਏ ਹੈਗੇ, ਵੀ ਚਾਬੀ ਸਾਡੇ ਕੋਲ ਆ। ਤਾਂ ਕਹਿੰਦੀ ਨਹੀਂ ਜਿੰਦਾ ਖੁੱਲ੍ਹਾ ਆ ਤਾਂ ਕੁੰਡਾ ਲੱਗਾ ਅੰਦਰੋਂ। ਅਸੀਂ ਉਸ ਵੇਲੇ ਮੈਂ ਤਾਂ ਮੇਰਾ ਮੁੰਡਾ ਆਏ ਦੇਖੋ ਤਾਂ ਇਹ ਨੱਠ ਕੇ ਸੀ ਆ ਕੇ ਦੇਖਿਆ ਤੇ ਜਾਣ ਅਸੀਂ ਅੰਦਰ ਨਹੀਂ ਵੜੇ। ਫਿਰ ਮੈਂ ਮੁੜ ਕੇ ਉਹ ਨਹੀਂ ਪੈਰੀ ਇੱਕ ਗਾਹਾਂ ਹੈਰੀ ਭਾਜੀ ਤਾਂ ਕੇਛੋ ਭੈਣ ਨੂੰ ਲੈ ਕੇ ਆਈ ਹਾਂ। ਅੱਛਾ ਜੀ। ਵੀ ਨਾਲ ਗਿਆਨੀ ਭਾਜੀ ਵੀ ਆਇਆ। ਜਿਹੜੇ ਘਰ ਦੇ ਕਿਤੇ ਗਏ ਸੀਗੇ? ਇਹ ਘਰ ਦੇ ਗਏ ਸੀ ਆਪਣੀ ਕੁੜੀ ਦੇ। ਅੱਛਾ ਜੀ। ਹਾਂਜੀ। ਤਾਂ ਫਿਰ ਜਦ ਆ ਕੇ ਦੇਖਿਆ ਵੀ ਸਾਰੇ ਅੰਦਰ ਲੋਕ ਟੁੱਟੇ ਸੀਗੇ, ਖਲਾਰਾ ਪਾਇਆ ਸੀ ਜਿੱਦਾਂ, ਹਾਂ ਅਲਮਾਰੀਆਂ ਨੂੰ ਮੈਨੇ ਕੱਪੜੇ ਕੁੱਪੜੇ ਖੋਲ੍ਹੇ ਸੀ। ਠੀਕ ਹੈ। ਇਹ ਭਾਜੀ ਜਿਹੜਾ ਚੋਰੀ ਦਾ ਕਦੋਂ ਪਤਾ ਲੱਗਿਆ ਹੈਗਾ ਆਪਾਂ? 12 ਵਜੇ ਦਾ। ਕਿੰਨਾ ਕੁ ਮਤਲਬ ਜਿਹੜਾ ਘਰ ਦੇ ਵਿੱਚ ਨੁਕਸਾਨ ਹੋ ਗਿਆ? ਨੁਕਸਾਨ ਅੰਦਾਜ਼ਾ 25,000 ਰੁਪਈਆ ਸੀਗਾ ਤੇ ਆ। ਅੱਛਾ ਜੀ। ਇੱਕ ਬਾਲੀਆਂ ਜੁੜਾ ਸੀਗਾ। ਜੀ ਹਾਂ ਜੀ। ਹਾਂਜੀ। ਹੋਰ ਕੀ ਲੈ ਗਏ? ਹੋਰ ਤਾਂ ਨਹੀਂ ਕੁਛ ਲਿਆ, ਹੋਰ ਸਾਰੇ ਕੁਛ। CCTV ਕੈਮਰੇ ਵਗੈਰਾ ਵੀ ਲੱਗੇ? ਅਤੇ ਉਹ ਲੱਗੇ ਹੋਏ, ਕੋਈ DPR ਲੱਗਾ ਚੱਕ ਕੇ। ਅੱਛਾ ਜੀ। ਹਾਂਜੀ। ਅਤੇ ਹੁਣ ਪੁਲਿਸ ਨੂੰ ਰਿਪੋਰਟ ਲਿਖਾਈ? ਲਗਾਤਾਰ ਪੁਲਿਸ ਆ ਕੇ ਮੌਕਾ ਦੇ ਕੇ ਚੱਲਦੀ। ਕੀ ਕਹਿੰਦੀ ਪੁਲਿਸ? ਕੀ ਕਹਿੰਦੀ? ਕਾਰਵਾਈ ਕਰੂਗੇ ਤਾਂ। ਠੀਕ।